सटरा दे विच मैं तुहानू दींदा हुणा LDF MR कोहिनूर। हाँ जी सत श्री अकाल जी, स्वागत है सारयां दा धालीवाल डेयरी फार्म दे उत्ते। ते अज आपां तुहानू जानकारी देनी सी, सामने तुसीं जिहड़ी झोटी देख रहे हो ते इह आपां खरीदी सीगी, कद काट छोटा इहदा ते बाकी बॉडी करैक्टर सारे चंगे आ, इहदे तां करके आपां लै ली सीगी। सिंग सुंग भी कुंडे आ ते चमड़ी भी पतली आ ते पूछ दे विच जिवें कहिंदे हुंदे आ हड्डी है नहीं, वह भी आपां चैक करी आ ते बाकी फेस क्वालिटी बाडी बंतर भी चंगी आ, वेल भी बहुत है दी ते पतली बरीक चमड़ी आ गी। करैक्टर जानी इहदे जिवें हुंदे आ गे वह सारे जानी चंगे आ, सारे वह पूरे करदी आ गी ते पूछ दे विच भी इहदे हड्डी है नहीं गी, जिन्नी मर्जी मोड़ लो इहनूं ते बाकी थण थुण बहुत चंगे आ गए, लंबाई दे विच आ, झोली झाली भी चंगी हैगी, देख सकते हो तुसीं पिठपुड़े दी भी चंगी आ ते पतली बरीक चमड़ी हैगी, फेस भी सोहना हैगा लम्मा ते बाकी दो बटन जे हुंदे जिहड़े कहिंदे हुंदे आ चंगे पशु दे, वह दो बटन जे भी हैगे आवे तुहानूं थोड़े थोड़े दिंदे होण, ते इह दो बटन भी हैगे आ ਤਾਂ ਕਰਕੇ ਆਪਾਂ ਇਹ ਝੋਟੀ ਲੈ ਲਈ ਸੀ ਅਤੇ ਰਿਕਾਰਡ 14-15 ਕਿਲੋ ਦੱਸਿਆ ਸੀਗਾ ਅਤੇ ਆਪਾਂ ਮਤਲਬ ਆਪਣੇ ਜਾਣ ਪਛਾਣ ਦੇ ਵਿੱਚ ਹੀ ਆ, ਜਿਵੇਂ ਲਿਹਾਜ ਵਾਲੇ ਮਿੱਤਰ ਤੋਂ ਹੀ ਲਈ ਹੈਗੀ ਅਤੇ ਬਾਕੀ ਮੌਕਾ ਦੱਸੂਗਾ ਵੀ ਕੀ ਕਰਦੀ ਹੈਗੀ ਅਤੇ ਖੀਰ ਕੋਈ ਆ ਜੇ ਅਤੇ ਉਮਰ ਇਹਦੀ ਤਕਰੀਬਨ 2 ਸਾਲ ਦੇ ਗੇੜ ਗੇੜ ਆ, 2 ਸਾਲ ਤੋਂ ਘੱਟ ਹੀ ਹੋਊਗੀ ਅਤੇ ਕੱਦ ਕਾਠ ਜਾਣੀ ਇਹਦਾ ਠੀਕ ਹੀ ਹੈਗਾ ਅਤੇ ਬਾਕੀ ਕਰੈਕਟਰ ਚੰਗੇ ਆ ਤਾਂ ਆਪਾਂ ਲੈ ਲਈ ਸੋਹਣੀ ਹੈਗੀ। ਅਤੇ ਆਪਾਂ ਅੱਜ ਇਹਦੀ AI ਕਰਤੀ LDF ਲਕਸ਼ਮੀ ਡੈਰੀ ਫਾਰਮ ਦੇ ਪ੍ਰੋਜਨੀ ਟੈਸਟਡ ਅਤੇ ਟੋਪ ਦੇ ਵੱਲ ਕੋਹੇਨੂਰ ਦੀ ਆਪਾਂ AI ਕਰਤੀ ਇਹਦੇ ਅੱਜ ਅਤੇ ਉਮੀਦ ਚੰਗੇ ਦੀ ਆ ਵੀ ਰਿਜ਼ਲਟ ਚੰਗਾ ਆਊਗਾ ਅਤੇ ਬਾਕੀ ਆਪਾਂ ਚਾਹੁੰਦੇ ਕੱਟੀ ਆ, ਅੱਗੇ ਪਰਮਾਤਮਾ ਨੂੰ ਪਤਾ ਵੀ ਕੀ ਆਉਣਾ ਗਾ ਅਤੇ ਉਹ ਮੌਕਾ ਦੱਸੂਗਾ। ਫਿਲਹਾਲ ਤਾਂ 20-21 ਦਿਨਾਂ ਦੇ ਇਹਦਾ ਪਤਾ ਲੱਗੂਗਾ ਵੀ ਰਹਿੰਦੀ ਆ ਜਾਂ ਕੀ ਕਰਦੀ ਹੈਗੀ ਅਤੇ ਆਪਾਂ ਕੋਹੇਨੂਰ ਦਾ ਸੀਮਨ ਲਾਤਾ ਇਹਦੇ ਅਤੇ ਤੁਹਾਨੂੰ ਆਪਾਂ ਦਿਖਾ ਵੀ ਦਿੰਦੇ ਹਾਂ। ਸਟਰਾ ਦੇ ਵਿੱਚ ਮੈਂ ਤੁਹਾਨੂੰ ਦਿੰਦਾ ਹੁਣ LDF MR ਕੋਹੇਨੂਰ 5503 KG ਰਿਕਾਰਡ ਆ, ਮਾਂ ਧੰਨੋ ਆ ਗਈ ਅਤੇ ਪਿਓ ਇਹਦਾ ਹੈਗਾ ਰਾਜਾ ਬੁੱਲ। ਕੋਹੇਨੂਰ ਦੀ ਆਪਾਂ AI ਕਰਤੀ, ਬਹੁਤ ਟੋਪ ਦਾ ਰਿਕਾਰਡ ਆ, ਮਦਰ ਆ ਗਈ ਧੰਨੋ ਜਿਹਨੂੰ ਸਾਰੇ ਹੀ ਜਾਣਦੇ ਆ ਅਤੇ ਪਿਓ ਇਹਦਾ ਹੈਗਾ ਰਾਜਾ ਬੁੱਲ, ਮੋਦੀ ਦੇ ਕੋਹੇਨੂਰ ਦਾ ਪਿਓ ਇੱਕ ਹੀ ਆ ਦੋਵਾਂ ਦੇ। ਅਤੇ ਬਾਕੀ ਫਿਲਹਾਲ ਤਾਂ ਹਜੇ 20-21 ਦਿਨਾਂ 'ਤੇ ਪਤਾ ਲੱਗ ਜੂਗਾ, ਜੇ ਨਾ ਰਿਪੀਟ ਕਰਿਆ ਤਾਂ 80-85% ਆਪਾਂ ਗੱਭਣ ਹੀ ਮੰਨਾਂਗੇ, ਕੁਛ ਕੁ ਪਰਸੈਂਟ ਚਾਂਸ ਹੁੰਦੇ ਆ ਕਿ 20-21 ਦਿਨਾਂ ਤੋਂ ਬਾਅਦ ਵੀ ਜਿਹੜਾ ਪਸ਼ੂ ਰਿਪੀਟ ਨਹੀਂ ਕਰਦਾ ਅਤੇ ਗੱਭਣ ਵੀ ਨਹੀਂ ਰਹਿੰਦਾ, ਨਹੀਂ ਜ਼ਿਆਦਾਤਰ ਪਸ਼ੂ ਰਿਪੀਟ ਕਰ ਜਾਂਦਾ ਗਾ 21 ਦਿਨਾਂ 'ਤੇ ਜੇ ਨਾ ਰਹਿਣਾ ਹੋਵੇ, ਅਤੇ ਪਤਾ ਲੱਗ ਜੂਗਾ ਇਹਦਾ। ਅਤੇ ਉਮੀਦ ਇਹੀ ਆ ਵੀ ਰਹਿ ਜੂਗੀ ਕਿਉਂਕਿ ਹੀਟ ਹੂਟ ਜਮ੍ਹਾਂ ਸਹੀ ਸੀਗੀ, ਤੀਜੀ ਹੀਟ 'ਤੇ ਆਪਾਂ 2 ਹੀਟਾਂ ਮਿਸ ਕਰਾ ਕੇ ਤੀਸਰੀ ਹੀਟ 'ਤੇ ਆਪਾਂ ਇਹਦੇ ਸੀਮਨ ਲਵਾਤਾ ਸੀ, ਤਾਰਾਂ ਤੂਰਾਂ ਵੀ ਐਨ ਜਮ੍ਹਾਂ ਕਲੀਅਰ ਸੀਗੀਆਂ ਅਤੇ ਸਹੀ ਸਮੇਂ 'ਤੇ ਆਪਾਂ ਇਹਦੇ ਸੀਮਨ ਭਰਾਇਆ ਹੈਗਾ ਅਤੇ 21 ਸੀਮਨ ਲੱਗਿਆ। ਬਾਕੀ 21 ਦਿਨਾਂ 'ਤੇ ਪਤਾ ਲੱਗ ਜੂਗਾ ਕੀ ਕਰਦੀ ਹੈ ਇਹ, ਅਤੇ ਉਮੀਦ ਚੰਗੇ ਦੀ ਹੈ ਇਹ ਤੋਂ ਵੀ ਅਤੇ ਜਿਹੜਾ ਬੱਚਾ ਆਉਣਾ ਉਹਦੀ ਵੀ, ਅਤੇ ਅੱਗੇ ਪਤਾ ਲੱਗ ਜੂਗਾ ਕੀ ਕਰਦੀ ਆ ਅਤੇ ਬੱਚਾ ਕਿਹੋ ਜਿਹਾ ਆਉਂਦਾ ਗਾ। ਬਾਕੀ ਸੀਮਨ ਚੰਗਾ ਹੀ ਭਰਾਉਣਾ ਚਾਹੀਦਾ, ਮਾੜੇ 'ਤੇ ਵੀ ਪੈਸੇ ਲੱਗਣੇ ਆ ਉਨੇ ਹੀ ਲੱਗਣੇ ਆ ਅਤੇ ਚੰਗੇ 'ਤੇ ਵੀ, ਫਰਕ ਥੋੜ੍ਹਾ ਹੀ ਹੁੰਦਾ ਗਾ ਅਤੇ ਬਰੀਡ 'ਚ ਸੁਧਾਰ ਬਹੁਤ ਹੋ ਜਾਂਦਾ ਇਹਦੇ ਨਾਲ। ਅਤੇ ਨਾਲ ਹੀ ਮੱਝ ਆਪਣੀ ਵੱਡੀ ਘਰ ਵਾਲੀ ਖੜ੍ਹੀ ਆ, ਉਹਦੇ ਆਪਾਂ ਨਾਗਬੁੱਲ ਦਾ ਸੀਮਨ ਲਾਇਆ ਸੀ, ਉਹ ਕੱਟਾ ਦੇ ਗਈ ਅਤੇ ਇੱਕੋ ਹੀ ਮਾਂ ਦੇ ਆ ਇਹ, ਕੋਹੇਨੂਰ ਅਤੇ ਨਾਗ ਧੰਨੋ ਮਾਂ ਦੇ ਹੈਗੇ ਅਤੇ ਇਹਦੇ ਆਪਾਂ ਕੋਹੇਨੂਰ ਲਾਤਾ ਅਤੇ ਉਹਦਾ ਨਾਗ ਦਾ ਕੱਟਾ ਸੀ ਅਤੇ ਉਹ ਕੱਟਾ ਆ ਖੜ੍ਹਾ ਤੁਸੀਂ ਦੇਖ ਸਕਦੇ ਵੀ ਬਹੁਤ ਚੰਗਾ ਆਇਆ ਗਾ, ਇਹ ਖੁੱਲ੍ਹਾ ਛੱਡਿਆ ਵਾ ਹੁਣ, ਨਵਾਇਆ ਸੀ, ਨਵਾਇਆ ਕਰਕੇ ਥੋੜ੍ਹਾ ਜਿਹਾ ਕੱਠਾ ਜਿਹਾ ਹੋਰੂੰ ਜੇ ਲੱਗਦਾ। ਅਤੇ ਨਾਗ ਦਾ ਵੀ ਆਪਾਂ ਦੁਬਾਰੇ ਕਿਸੇ ਹੋਰ ਪਸ਼ੂ 'ਤੇ ਟਰਾਈ ਕਰਾਂਗੇ ਸੀਮਨ, ਅਤੇ ਕੱਟੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਲੱਡ ਲਾਈਨ ਬਹੁਤ ਚੰਗੀ ਆ ਨਾਗ ਦੀ ਅਤੇ ਕੋਹੇਨੂਰ ਦੀ ਵੀ। ਕੋਹੇਨੂਰ ਤਾਂ ਆਪਾਂ ਇਹਦੇ ਲਾਤਾ, ਦੇਖਦੇ ਹਾਂ ਕੀ ਬਣਦਾ।
बस सीमन चंगे यूज करो बस, ते ब्रीडिंग ते काम करो चाहे पशु के है या भी आ, हौली हौली नसल सुधर जाती है। ते बाकी जड़े होर पशु अपने गब्बण आ गए ते जां जिन्हां ते सीमन लाउणा गा वह भी आपां वीडियो पावांगे भी अपने पशु होर किहड़े किहड़े सीमना चंगे सीमना तो गब्बण आ गए ते किहड़ा किहड़ा आपां सीमन लाउणा आ गए वह भी उहनूं तुहानूं आपां वीडियो पावांगे। तुहानूं आपां इन्नी की वीडियो पा के दसणा, जानकारी देनी सी भी आपां इहदी एआई करी हैगी भी वधिया चंगे बोल तो ते चंगे सीमन वरत्या करो। ते वीडियो चंगी लगी तां अगे लाइक कमेंट शेयर जरूर कर दिओ ते जिन्नी भी जानकारी है तुहानूं आपां वीडियो दे विच दिंदे रहांगे। बाकी चंगे बुलों का सीमन यूज कराया करो जो प्रोजन टैसटड हो चुके हैं, तो या फिर नवे बुल बहुत चंगे रिकॉर्डा है उन्होंने तुम रिकॉर्ड वेख लिया करो, रिकॉर्ड वेख के तुम उन्हों का सीमन लवा सकते हो। तो माड़ा सीमन ना वरतो जे अगे बढ़ना तो शौक पूरा करना, तो चंगा सीमन ही वरतो। तो नॉलेज वध तो वध रखो सीमन बारे, तो बाकी चंगे डॉक्टर तो लवाओ तो ओरिजिनल सीमन लवाओ तसली वाला। तो बाकी सिलैक्ट सीमन पहला जरूर करो कि किहड़ा आप सीमन भरा पशु के हीट चाउण तो पहला सीमन की सिलैक्शन जरूर कर लो भी कि सीमन भरा वा, तो डॉक्टर को पहले ही कह के रखो, मुड़ के मौके पर सीमन नहीं मिलता है ना तो फिर प्रॉब्लम खड़ी हो जाती है। तो पहले ही सीमन ला के रखो, मंगा के रखो डॉक्टर को कह के, तो वह अपने आप ही अवेलेबल करेगा जो अपना कहा होगा। धन्यवाद है जी सारे का।